ਅੱਜ ਦੀ ਇਹ ਕਹਾਣੀ ਇੱਥੇ ਖਤਮ ਹੁੰਦੀ ਹੈ। ਇਹ ਕਹਾਣੀ ਸ਼ੁਰੂ ਹੁੰਦੀ ਹੈ ਫੈਸਲਾਬਾਦੀ ਵਲੌਗਰ ਦੇ ਕਮੈਂਟ ਤੋਂ। ਅਸਲਾਮ ਅਲੈਕੁਮ। ਕੱਲ੍ਹ ਇੱਕ ਫੈਸਲਾਬਾਦੀ ਵਲੌਗਰ ਦਾ ਕਮੈਂਟ ਆਇਆ ਸੀਗਾ, ਅਤੇ ਜਦੋਂ ਮੈਂ ਕੋਈ ਯੂਟਿਊਬਰ ਤੇ ਕਮੈਂਟ ਕਰਦਾ ਨਾ, ਤਾਂ ਮੈਂ ਉਹਦਾ ਚੈਨਲ ਜ਼ਰੂਰ ਖੋਲ੍ਹ ਕੇ ਵੇਖਦਾ ਹੁੰਦਾ ਕਿ ਹੋ ਸਕਦਾ ਵਾ ਕਿ ਮਤਲਬ ਕੰਮ ਸਹੀ ਕਰਦਾ ਹੋਵੇ। ਅਤੇ ਮੈਂ ਆਸ਼ਰ ਭਾਈ ਦਾ ਚੈਨਲ ਖੋਲ੍ਹ ਕੇ ਵੇਖਿਆ ਅਤੇ ਉਹਨਾਂ ਦੇ ਵਲੌਗ ਮੈਨੂੰ ਵਾਹਵਾ ਸਹੀ ਲੱਗੇ, ਵਲੌਗ ਵਾਹਵਾ ਸਹੀ ਲੱਗੇ। ਅਤੇ ਉਹਨਾਂ ਨੇ ਕਿਹਾ ਕਿ ਯਾਰ ਕੋਈ ਲੈਬ ਕਰੀਏ ਆਪਾਂ, ਅਤੇ ਮੈਂ ਕਿਹਾ ਜ਼ਰੂਰ ਆਓ। ਅਤੇ ਹੁਣ ਉਹ ਵਾਟਰ ਵਰਕਸ ਪਾਰਕ ਵਿੱਚ ਆਉਣ ਵਾਲੇ ਆ, ਅਤੇ ਮੈਂ ਵੀ ਜਾ ਰਿਹਾ ਹਾਂ। ਮੈਂ ਵਾਟਰ ਵਰਕਸ ਪਾਰਕ ਦੇ ਵਿੱਚ ਪਹੁੰਚ ਗਿਆ ਵਾਂ, ਅਤੇ ਫੈਸਲਾਬਾਦ ਦੇ ਇੱਕ ਭਾਈ ਆਏ ਆ, ਅਤੇ ਅਸੀਂ ਉਹਨੂੰ ਕਲੈਬ ਦੀ ਵੀਡੀਓ ਬਣਾਉਣੀ ਆ, ਅਤੇ ਤੁਸੀਂ ਦੇਖ ਲੈਣੀ ਆ। ਅਤੇ ਆਹ ਦੇਖੋ ਆਸ਼ਿਰ ਭਾਈ। ਅਸਲਾਮ ਅਲੈਕੁਮ। ਆਸ਼ਿਰ ਭਾਈ ਗੱਲ ਸੁਣੋ ਯਾਰ। ਅਸਲਾਮ ਅਲੈਕੁਮ, ਮੇਰਾ ਨਾਮ ਆਸ਼ਿਰ ਹੈ। ਮੈਂ ਵੀ ਭਾਈ ਕੀ ਤਰ੍ਹਾਂ ਵੀਡੀਓਜ਼ ਬਣਾਤਾ ਹੂੰ ਔਰ ਯੂਟਿਊਬ ਪੇ ਅਪਲੋਡ ਕਰਤਾ ਹੂੰ। ਤੋ ਅਬ ਭਾਈ ਕੇ ਸਾਥ ਕੁਛ ਬਾਤੇਂ ਕਰਨੀ ਹੈ ਵੀਡੀਓਜ਼ ਕੇ ਰਿਲੇਟਿਡ। ਭਾਈ ਕਾ ਮੁਝੇ ਸਟਾਈਲ ਅੱਛਾ ਲੱਗਤਾ ਹੈ ਕਿਉਂਕਿ ਯੇ ਵਿਲੇਜ ਮੇਂ ਰਹਤੇ ਹੈ ਔਰ ਫੁੱਲ ਦੇਸੀ ਮਾਹੌਲ, ਜੋ ਰਿਐਲਿਟੀ ਉਸੀ ਤਰ੍ਹਾਂ ਦਿਖਾਤੇ ਹੈ, ਇਸੀ ਵਜ੍ਹਾ ਸੇ ਮੈਂ ਇਨਕੋ ਮਿਲਨੇ ਆਇਆ। ਤੋ ਆਗੇ ਦੇਖਤੇ ਹੈ ਸਟੋਰੀ ਕੈਸੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਆਸ਼ਿਰ ਭਾਈ ਨੂੰ ਇਹ ਪੁੱਛਿਆ ਕਿ ਯਾਰ ਤੁਸੀਂ ਇਹ ਦੱਸੋ ਕਿ ਮੇਰਾ ਚੈਨਲ ਤੁਹਾਨੂੰ ਕਿੱਦਾਂ ਲੱਭਿਆ, ਮਤਲਬ ਕੋਈ ਵੀਡੀਓ ਰਿਕਮੈਂਡਡ ਹੋਈ ਜਾਂ ਸਰਚ ਵਿੱਚ ਆਈ ਹੈ। ਤਾਂ ਤੁਸੀਂ ਆਪ ਸੁਣ ਲਓ ਕਿ ਆਸ਼ਿਰ ਭਾਈ ਨੇ ਕੀ ਕਿਹਾ। ਨਹੀਂ ਉਹ ਸੀ ਪਤਾ ਨਹੀਂ ਫੈਸਲਾ ਵਾਲਾ ਨਹੀਂ ਹੈ, ਫੈਸਲਾ ਵਾਲਾ ਨਹੀਂ ਸਰਚ ਕੀਤਾ ਸੀ ਯਾਰ, ਮਤਲਬ ਵੈਸੇ ਨਹੀਂ ਕੁਛ ਸੀ ਰਿਕਮੈਂਡਡ। ਆਸ਼ਿਰ ਭਾਈ ਨੇ ਮੈਨੂੰ ਪੁੱਛਿਆ ਕਿ ਤੁਹਾਨੂੰ ਮੇਰੇ ਵਲੌਗ ਦੀ ਵੀਡੀਓ ਐਡੀਟਿੰਗ ਕਿੱਦਾਂ ਲੱਗੀ, ਅਤੇ ਮੈਂ ਸਿਰਫ ਉਹਨਾਂ ਨੂੰ ਇੱਕ ਹੀ ਗੱਲ ਕਹੀ ਬਸ। ਤੁਹਾਨੂੰ ਮਿਊਜ਼ਿਕ ਸਾਨੂੰ ਕਿੱਦਾਂ ਦੀ ਵੀਡੀਓ ਲੱਗੀ, ਜ਼ਬਰਦਸਤ ਸੀ ਯਾਰ, ਜ਼ਬਰਦਸਤ ਸੀ। ਮੈਂ ਸਿਰਫ ਯਾਰ ਇੱਕ ਹੀ ਚੀਜ਼ ਦੇਖਦੀ ਹੁੰਦੀ ਜੀ, ਐਡਿਟ ਸਹੀ ਹੈ ਨਾ ਬੰਦੇ ਦੇ, ਮਤਲਬ ਕੰਮ ਅਜ਼ ਕੰਮ ਯਾਰ ਜ਼ਿਆਦਾ ਨਹੀਂ ਐਡਵਾਂਸ ਹੋਵੇ, ਕੰਮ ਅਜ਼ ਕੰਮ ਪੇਟ 'ਤੇ ਐਡਿਟ ਕਰਦਾ ਹੋਵੇ। ਉਸ ਤੋਂ ਬਾਅਦ ਮੈਂ ਆਸ਼ਿਰ ਭਾਈ ਨੂੰ ਪੁੱਛਿਆ ਕਿ ਤੁਹਾਨੂੰ ਮੇਰੀ ਵੀਡੀਓ ਦੇ ਬਾਰੇ 'ਚ ਜਾਂ ਥੰਬਨੇਲ ਦੇ ਬਾਰੇ 'ਚ ਕੋਈ ਕਮੀ ਲੱਗਦੀ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ। ਤਾਂ ਉਹਨਾਂ ਨੇ ਮੈਨੂੰ ਬਸ ਇੱਕ ਹੀ ਗੱਲ ਕਹੀ ਸੀਗੀ, ਬਾਕੀ ਥੰਬਨੇਲ ਵੀ ਠੀਕ ਹੁੰਦੇ ਆ, ਅਗਰ ਜੇ ਰਿਵਿਊ ਹੁੰਦਾ ਨਾ ਉਹਦੇ ਵਿੱਚ ਵੀ ਥੰਬਨੇਲ ਹੁੰਦਾ, ਟੈਕਸਟ ਹੁੰਦਾ ਨਾ ਕਿਹੜਾ ਘੱਟ ਲਿਖਿਆ। ਜੋ ਤੁਸੀਂ ਦੇਖ ਰਹੇ ਆ ਆਸ਼ਿਰ ਭਾਈ ਆਪਣੀ ਕੋਈ ਵੀਡੀਓ ਰਿਕਾਰਡ ਕਰ ਰਹੇ। ਅੱਛਾ ਤੋ ਯਾਰ ਆਪਣੇ ਅਬ ਸਭ ਬਾਤੇਂ ਕਰ ਲਈ ਹੈ, ਅਬ ਪਾਰਕ ਕੋ ਚੈੱਕ ਕਰਤੇ ਹੈ ਔਰ ਵਿਜ਼ਿਟ ਕਰਤੇ ਹੈ। ਅਤੇ ਆਸ਼ਿਰ ਭਾਈ ਦੇ ਜ਼ਰਾ ਤੁਰਦੇ ਫਿਰਦੇ ਦੇ ਵੀ ਸੀਨ ਵਿਖਾਉਂਦੇ ਤੁਹਾਨੂੰ। ਅੱਛਾ ਜੀ, ਮੈਨੂੰ ਉਮੀਦ ਹੈ ਤੁਹਾਨੂੰ ਆਸ਼ਿਰ ਭਾਈ ਨਾਲ ਮਿਲ ਕੇ ਅੱਛਾ ਲੱਗਿਆ ਹੋਊਗਾ। ਮਾਸ਼ਾਅੱਲਾ ਫੈਸਲਾਬਾਦ 'ਚੋਂ ਆਏ ਸੀ ਇੱਥੇ ਜੜ੍ਹਾਂ ਵਾਲਾ ਮਿਲਣ ਵਾਸਤੇ, ਅਤੇ ਹੁਣ ਅਸੀਂ ਜਾ ਰਹੇ ਹਾਂ ਖਾਣਾ ਖਾਣ ਵਾਸਤੇ। ਭਾਈ ਦੇਸੀ ਅੱਗੇ ਕਹਿ ਰਹੇ ਸੀ ਕਿ ਯਾਰ ਹੁਣ ਤੁਸੀਂ ਖਾਣਾ ਖਾ ਰਹੇ, ਜੂਸ ਤੇ ਬਣਦਾ ਹੀ ਹੈ, ਮਿੱਠੀ ਸ਼ਹਿਰ ਜਗ੍ਹਾ ਅੱਛੀ, ਹੁਣ ਜੂਸ ਨੂੰ ਟੇਸਟ ਕਰਕੇ ਉਹ ਵੀ ਦੱਸਦੇ ਹਾਂ ਕਿ ਜੂਸ ਕਿੱਦਾਂ। ਠੀਕ ਆ ਬਾਈ, ਆਸ਼ਿਰ ਭਾਈ ਜਾ ਰਹੇ ਆ ਹੁਣ, ਓਕੇ ਜੀ, ਬੈਠ ਗਏ ਫੈਸਲਾਬਾਦ ਦੀ ਵੈਗਨ ਤੇ, ਮਿਲਦੇ ਹਾਂ ਨੈਕਸਟ ਵੀਡੀਓ 'ਚ, ਧੰਨਵਾਦ। ਅੱਛਾ ਜੀ, ਮੇਰੀ ਵੀਡੀਓ ਤੁਸੀਂ ਦੇਖ ਹੀ ਲਈ ਹੈ, ਤਾਂ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਊਗੀ। ਅਤੇ ਇੱਥੇ ਆਸ਼ਿਰ ਭਾਈ ਨੇ ਵੀਡੀਓ ਬਣਾਈ ਸੀਗੀ, ਅਤੇ ਅਗਰ ਤੁਸੀਂ ਉਹ ਦੇਖਣਾ ਚਾਹੁੰਦੇ ਹਾਂ ਤਾਂ ਡਿਸਕ੍ਰਿਪਸ਼ਨ ਵਿੱਚ ਲਿੰਕ ਹੈਗਾ, ਤੁਸੀਂ ਜਾ ਕੇ ਦੇਖ ਸਕਦੇ ਹਾਂ। ਅਤੇ ਅਗਰ ਤੁਹਾਡਾ ਕੋਈ ਸਾਡੇ ਦੋਨਾਂ ਦੇ ਬਾਰੇ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹਾਂ, ਜੇ ਜ਼ਿਆਦਾ ਸਵਾਲ ਆ ਜਾਣਗੇ ਤਾਂ ਫਿਰ ਅਸੀਂ ਵੀਡੀਓ ਬਣਾ ਦੇਵਾਂਗੇ ਅਤੇ ਸਵਾਲ ਦਾ ਜਵਾਬ ਦੀ। ਇਨਸ਼ਾਅੱਲਾ, ਅੱਲਾ ਹਾਫਿਜ਼।